ਸਨ ਦਿੱਲੀ ਦੇ ਬਾਰਡਰਾਂ 'ਤੇ ਬੈਠਣ, ਉਦੋਂ ਸਰਕਾਰ ਹੀ ਕੋਈ ਨਹੀਂ ਹੋਣੀ। ਤੁਹਾਨੂੰ ਕਿਵੇਂ ਲੱਗਦਾ ਸਰਕਾਰ ਕਿਉਂ ਨਹੀਂ ਹੋਈ? ਅੱਜ ਸਰਕਾਰ ਹੈ ਨਹੀਂ ਤਾਂ ਆਪਦਾ ਵੀ ਕਾਟੋ ਕਲੇਸ ਚੱਲੀ ਜਾਂਦਾ ਵਿੱਚ, ਜਿਸ ਤਰ੍ਹਾਂ ਤੋਂ ਤਸਵੀਰਾਂ ਹੁੰਦੀਆਂ ਜਿਹਨਾਂ ਨੇ ਚਿੱਠੀਆਂ ਲਿਖੀਆਂ, ਜਿਹਨਾਂ ਨੇ ਚਿੱਠੀਆਂ ਲਿਖੀਆਂ ਉਹਨਾਂ 'ਤੇ ਵਿਸ਼ਵਾਸ ਤੈਨੂੰ ਆਉਂਦਾ? ਤੂੰ ਦੱਸ ਪਹਿਲਾਂ ਤਾਂ। ਮੈਂ ਭੱਜਣ ਮੇਰੇ ਬਾਰੇ ਤਾਂ ਚੱਲਦੀਆਂ ਬਹੁਤ ਇੰਟਰਵਿਊ ਆ ਗਈਆਂ ਵੀ ਡੱਲਿਆ ਕੱਲਾ ਨੀ ਸੀ ਮੰਨਦਾ, ਅਸੀਂ ਤਾਂ ਸਾਰੇ ਸਹਿਮਤ ਸੀ ਭੱਜਣ ਨੂੰ। ਜੇ ਤੋਰ ਲਾਂਗੇ ਤਾਂ ਕੱਲ ਨੂੰ ਪੇਠੀ ਛੁਰਾ ਮਾਰੂਗੀ ਸਾਡੇ, ਸਾਨੂੰ ਪਿੱਠ ਦੇ ਛੁਰੇ ਨੇ ਅੱਗੇ ਮਾਰੇ ਆ। ਉੱਥੇ ਅਸੀਂ ਉਹਨਾਂ ਦਾ ਮੁੱਦਾ ਬਣਾਂਗੇ ਨਾ, ਜਦੋਂ ਉਦੋਂ ਪਿੱਸੂ ਇਹਨਾਂ ਦੇ ਵੀ ਤਾਂ ਪੈਣੇ ਆ ਨਾ, ਜਿਹੜੇ ਸੱਤਾਧਾਰੀ ਬੈਠੇ ਨੇ। ਨਹੀਂ ਲਾਉਣ ਵਾਲੀ ਸਾਰੇ ਸੁਣ ਨਾਲ ਆਉਣਾ ਜੀ, ਫਿਰ ਸੌਖਾ ਹੋਣਾ। ਪਤਾ ਨਹੀਂ ਫਿਰ ਪਤਾ ਹੋ ਜਾਣਾ ਕੀ ਹੋਣਾ ਕਿੱਦਾਂ ਹੋਣਾ। ਸਾਡਾ ਮੁੱਦਾ ਜਿਹੜਾ ਕੌਣ ਚੱਕਦਾ, ਕਿਹਦੇ ਕਿਹਦੇ ਅਸੀਂ ਚੋਣ ਮੈਨੀਫੈਸਟੋ ਦਾ ਹਿੱਸਾ ਬਣਦੇ ਆ, ਸਮਝ ਲੱਗਦੀ ਗੱਲ ਦੀ? ਚੋਣ ਮੈਨੀਫੈਸਟੋ ਹਰ ਇੱਕ ਦਾ ਹੋਣਾ। ਨਹੀਂ ਨਹੀਂ ਉਹ ਨਹੀਂ ਹੈ, ਮੈਂ ਚੋਣ ਮੈਨੀਫੈਸਟੋ ਅੱਗੇ ਨਾ ਬਣਿਆ। ਉਦੋਂ ਇਹ ਵਾਅਦਾ ਕੀਤਾ ਸੀਗਾ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਉਦੋਂ ਇਹ ਵੀ ਵਾਅਦਾ ਕੀਤਾ ਕਿ ਤੁਹਾਡਾ ਕਰਜ਼ਾ ਮੁਕਤੀ ਕਰਾਂਗੇ। ਕਣਕ ਦਾ ਰੇਟ ਆ ਜਿਹੜਾ ਉਹ 4500 ਨੂੰ ਪਰ ਕੁਇੰਟਲ, ਜਿਹੜਾ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਹੈ ਉਹ ਮਿਲ ਸਕਦਾ 4500 ਜਿਹੜਾ ਕਣਕ ਦਾ ਭਾਅ ਹੋ ਜਾਊਗਾ, ਤਾਂ ਫਿਰ ਜਿਹੜਾ ਗਰੀਬ ਕਣਕ ਕਿੱਥੋਂ ਲੱਗੇਗਾ? ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ, ਸਵਾਗਤ ਹੈ ਖੜਾ ਭਾਰਤ ਕਿਸਾਨ ਏਕਤਾ ਸਿੱਧੂਪੁਰ ਦੇ ਜਿਹੜੇ ਸੂਬਾ ਪ੍ਰਧਾਨ ਨੇ ਜਗਜੀਤ ਸਿੰਘ ਡੱਲਿਆਲ ਸਾਹਿਬ ਨਾਲ। ਡੱਲਿਆਲ ਸਾਹਿਬ ਸਤਿ ਸ਼੍ਰੀ ਅਕਾਲ। ਡੱਲਿਆਲ ਸਾਹਿਬ, ਅੱਜ ਤੁਹਾਡੀ ਦੂਸਰੀ ਮਹਾਂਪੰਚਾਇਤ ਦਾ, ਪਹਿਲਾਂ ਜੰਡਿਆਲਾ ਗੁਰੂ 'ਚ, ਅੱਜ ਬਰਨਾਲਾ ਵਿਖੇ ਹੈ ਨਾ, ਤਾਂ ਇੱਥੋਂ ਤੁਸੀਂ ਐਲਾਨ ਕੀਤਾ ਕਿ ਦਿੱਲੀ ਜਿਹੜਾ ਹੈਗਾ ਅੰਦੋਲਨ ਦੁਬਾਰਾ ਕੀਤਾ ਜਾਊਗਾ, ਅਤੇ ਕੀ ਜਿਹੜੇ ਕਾਰਨ ਅਤੇ ਕਿਹੜੀਆਂ ਤੁਹਾਨੂੰ ਮੁੱਖ ਮੰਗਾਂ? ਦੇਖੋ, ਸਾਡਾ ਜਿਹੜੀਆਂ ਮੁੱਖ ਮੰਗਾਂ ਨੇ, ਇੱਕ ਤਾਂ ਸਾਡੀਆਂ ਕਿਸਾਨ ਅੰਦੋਲਨ ਦੌਰਾਨ ਜਿਹੜੇ ਵਾਅਦੇ ਕੀਤੇ ਸੀਗੇ ਕਿ MSP ਦੀ ਗਰੰਟੀ ਦਾ ਕਾਨੂੰਨ ਦੇਵਾਂਗੇ, ਕਿਸਾਨਾਂ ਦੇ ਪਾਏ ਕੇਸ ਵਾਪਸ ਲਵਾਂਗੇ, ਬਿਜਲੀ ਸੋਧ ਬਿੱਲ ਦੁਬਾਰਾ ਨਹੀਂ ਲੈ ਕੇ ਆਵਾਂਗੇ, ਲਖੀਮਪੁਰ ਵਾਲੇ ਕਿਸਾਨਾਂ ਨੂੰ ਇਨਸਾਫ ਦੇਵਾਂਗੇ, ਉਹ ਸਾਰੀਆਂ ਕਹੀਆਂ ਸੀ। ਲੇਕਿਨ ਸਾਰੀਆਂ ਤੋਂ ਸਰਕਾਰ ਯੂਟਰਨ ਲੈ ਗਈ। ਨਾਲ ਸਰਕਾਰ ਨੇ ਆਪਣਾ ਕਮਿਟਮੈਂਟ ਕੀਤਾ ਸੀ ਚੋਣਾਂ ਦੇ ਦੌਰਾਨ ਕਿ ਅਸੀਂ ਭਾਰਤ ਨੂੰ WTO 'ਚੋਂ ਬਾਹਰ ਲੈ ਕੇ ਆਵਾਂਗੇ। ਨਾਲ ਇਹ ਕਮਿਟਮੈਂਟ ਸੀਗੇ ਕਿ MSP ਦੀ ਜਿਹੜੀ ਗਰੰਟੀ ਹੈ ਇਹਦੇ, ਇਹ ਤਾਂ ਆਪਾਂ ਨੂੰ ਅੰਦੋਲਨ 'ਚ ਆ ਕੇ ਵਾਅਦਾ ਕਰਿਆ, ਉਦੋਂ ਇਹ ਵਾਅਦਾ ਕੀਤਾ ਸੀਗਾ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਉਦੋਂ ਇਹ ਵੀ ਵਾਅਦਾ ਕੀਤਾ ਕਿ ਤੁਹਾਡਾ ਕਰਜ਼ਾ ਮੁਕਤੀ ਕਰਾਂਗੇ। ਉਹ ਸਭ ਪਾਸੇ ਤੋਂ ਸਰਕਾਰ ਮਤਲਬ ਕੰਨਾਂ ਦੇ ਹੱਥ ਧਰ ਕੇ ਬਹਿ ਗਈ। ਅੱਜ ਸਮਾਂ ਹੈ ਕਿਉਂਕਿ ਸਰਕਾਰ ਜਾਣ ਵਾਲੀ ਹੈ, ਉਦੋਂ ਜਾਣ ਤੋਂ ਪਹਿਲਾਂ ਸਰਕਾਰ ਨੂੰ ਲੋੜ ਹੈ ਸਮੇਂ ਦੀ ਕਿ ਸਰਕਾਰ ਦਾ ਕੰਨ ਫੜੀਏ। ਇੱਕ ਗੱਲ ਨੰਬਰ 2, ਅਗਲਾ ਵੱਡਾ ਵਾਰ ਕੀਤਾ ਸਗੋਂ ਸਰਕਾਰ ਨੇ ਕਿਸਾਨਾਂ 'ਤੇ ਕਿ ਕਣਕ ਤੋਂ, ਛੋਲਿਆਂ ਤੋਂ, ਡੇਅਰੀ ਪ੍ਰੋਡਕਟਾਂ ਤੋਂ, ਪੋਲਟਰੀ ਪ੍ਰੋਡਕਟਾਂ ਤੋਂ ਜਾਂ ਡਰਾਈ ਫਰੂਟ ਤੋਂ ਇੰਪੋਰਟ ਡਿਊਟੀ ਖਤਮ ਕਰਨ ਦਾ ਫੈਸਲਾ ਲੈ ਲਿਆ। ਅਗਰ ਇਹ ਇੰਪੋਰਟ ਡਿਊਟੀ ਖਤਮ ਹੁੰਦੀ ਹੈ ਤਾਂ ਸੁਭਾਵਿਕ ਹੈ ਕਿ ਜਿਹੜੇ ਲੋਕ ਇਹਨਾਂ ਦਾ ਧੰਦਾ ਕਰਦੇ ਨੇ ਉਹ ਇਫੈਕਟ ਹੋਣਗੇ, ਪਰ ਉਹ ਪਹਿਲਾਂ ਹੀ ਘਾਟੇ 'ਚ ਨੇ। ਡੇਅਰੀ ਵਾਲਾ ਵੀ ਰੋ ਰਿਹਾ, ਪੋਲਟਰੀ ਵਾਲਾ ਵੀ ਰੋ ਰਿਹਾ, ਖੇਤੀ ਵਾਲਾ ਤਾਂ ਰੋ ਹੀ ਰਿਹਾ, ਖੁਦਕੁਸ਼ੀਆਂ ਕਰ ਰਿਹਾ। ਸੋ ਇਸ ਕਰਕੇ ਇਹਨਾਂ ਨੂੰ ਬਚਾਉਣ ਦੇ ਲਈ ਸਗੋਂ ਬਣਦਾ ਤਾਂ ਇਹ ਸੀ ਸਰਕਾਰ ਦਾ ਕਿ ਇੰਪੋਰਟ ਡਿਊਟੀ ਇੰਨੀ ਵਧਾਉਂਦੇ ਕਿ ਲੋਕਾਂ ਦੀ ਕਣਕ ਦਾ ਰੇਟ ਆ ਜਿਹੜਾ ਉਹ 4500 ਨੂੰ ਪਰ ਕੁਇੰਟਲ, ਜਿਹੜਾ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਹੈ ਉਹ ਮਿਲ ਸਕਦਾ। ਲੇਕਿਨ ਉਹ ਦੇਣ ਦੀ ਬਜਾਏ ਉਹਨੂੰ ਖਤਮ ਕੀਤਾ ਜਾ ਰਿਹਾ। ਸਾਡੀ ਗੱਲ ਵਿੱਚ ਟੋਕਦੇ, ਜੇ 4500 ਜਿਹੜਾ ਕਣਕ ਦਾ ਭਾਅ ਹੋ ਜਾਊਗਾ ਤਾਂ ਫਿਰ ਜਿਹੜਾ ਗਰੀਬ ਕਣਕ ਕਿੱਥੋਂ ਲੈ ਕੇ ਖਾਊਗਾ? ਡਾਕਟਰ ਸਵਾਮੀਨਾਥਨ ਨੇ ਇਕੱਲਾ ਇਹ ਨਹੀਂ ਕਿਹਾ ਗਿਆ ਵੀ ਕਣਕ ਦਾ ਰੇਟ ਹੀ 4500 ਹੋਣਾ ਹੈ। ਡਾਕਟਰ ਸਵਾਮੀਨਾਥਨ ਦੇ ਜੇ ਫਾਰਮੂਲਾ ਲਾਗੂ ਹੋ ਜਾਂਦਾ ਉਹਦੇ 'ਚ ਜਾ ਕੇ C2+50 ਲਾਗਤ ਦੇ ਉੱਪਰ 50% ਮੁਨਾਫਾ,
ਹੁਣ ਲਾਗਤ ਦੇ ਵਿੱਚ ਮਜ਼ਦੂਰ ਦੀ ਮਜ਼ਦੂਰੀ ਵੀ ਹੈ ਨਾ, ਲਾਗਤ ਦੇ ਵਿੱਚ ਝੋਨੇ ਦੀ ਲਵਾਈ ਵੀ ਹੈ। ਅੱਜ ਅਸੀਂ ਝੋਨੇ ਦੀ ਲਵਾਈ 3,000 ਰੁਪਈਆ ਦਿੰਦੇ ਹਾਂ, ਅਤੇ ਜੇਕਰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋ ਜਾਂਦੀ ਹੈ, ਸਪੋਜ਼ ਕਰੋ ਅੱਜ, ਤਾਂ ਸਾਨੂੰ 3,000 ਦੇ ਅਗੇਂਸਟ ਫਸਲ ਦੇ ਰੇਟ ਦੇ ਰੂਪ 'ਚ ਮਿਲੇਗਾ 4,500 ਰੁਪਈਆ। ਹੁਣ ਇਹ 4 ਮਹੀਨਿਆਂ ਦੀ ਫਸਲ ਸਾਨੂੰ ਰੁਪਈਏ ਡੂਢੇ ਕਰਕੇ ਦਿੰਦੀ ਹੈ, ਅਤੇ ਸਾਨੂੰ 3,000 ਦੀ ਬਜਾਏ 4,500 ਰੁਪਈਆ ਮਿਲਿਆ ਕਿੱਲੇ ਮਗਰ। ਹੁਣ ਅੱਗੇ ਜੇਕਰ ਇਹ ਝੋਨੇ ਦੀ ਲਵਾਈ ਅਸੀਂ 10,000 ਦਿੰਦੇ ਹਾਂ, ਤਾਂ 4 ਮਹੀਨਿਆਂ ਦੇ ਵਿੱਚ ਸਾਡੇ ਰੁਪਈਏ ਡੂਢੇ ਹੋ ਕੇ ਸਾਨੂੰ ਮਿਲਣਾ ਹੈ 15,000 ਰੁਪਈਆ। ਹੁਣ ਮੈਨੂੰ ਐਂ ਦੱਸੋ ਕਿ ਜਦੋਂ ਸਾਡਾ ਕਿਸਾਨ ਮਜ਼ਦੂਰ ਨੂੰ ਝੋਨੇ ਦੀ ਲਵਾਈ 10,000 ਦੇਗਾ, ਤਾਂ ਕਿਸਾਨ ਨੂੰ ਉਹਦੇ ਅਗੇਂਸਟ 10,000 ਤਾਂ ਮਿਲਣਾ ਹੀ ਮਿਲਣਾ ਹੈ, ਉਹਦੇ ਅਗੇਂਸਟ 5,000 ਹੋਰ ਮਿਲੇਗਾ, ਕਿਸਾਨ ਵੀ ਖੁਸ਼ਹਾਲ। ਔਰ ਜਿਹੜਾ ਮਜ਼ਦੂਰ ਵਿਚਾਰਾ ਅੱਜ ਰੋਜ਼ ਲੜਦਾ ਹੈ ਕਿਸਾਨ ਦੀ ਮਜ਼ਦੂਰ ਦੀ, ਤੂੰ ਮੈਂ ਹੁੰਦੀ ਹੈ ਕਿ ਜੀ ਉਹ ਕਹਿੰਦਾ ਮੈਨੂੰ ਦਿਹਾੜੀ ਘੱਟ ਕਰੋ, ਝੋਨੇ ਦੀ ਲਵਾਈ ਘੱਟ ਕਰੋ, ਔਰ ਮਜ਼ਦੂਰ ਕਹਿੰਦਾ ਮੇਰਾ ਸਰਦਾ ਨਹੀਂ ਮੈਨੂੰ ਵਧਾਓ। ਤਾਂ ਜੇ ਕਿਸਾਨ 10,000 ਰੁਪਈਆ ਦੇਊਗਾ ਤਾਂ ਮਜ਼ਦੂਰ ਵੀ, ਜੇ ਉਹਦੇ ਘਰ 10,000 ਰੁਪਈਆ ਜਾਏਗਾ ਝੋਨੇ ਦੀ ਲਵਾਈ, ਕੀ ਖਿਆਲ ਹੈ ਮਜ਼ਦੂਰ ਨੂੰ ਇਹ ਕਣਕ ਮਹਿੰਗੀ ਦਿਸੇਗੀ? ਜਿਹੜਾ ਦੂਜਾ ਇੱਕ ਜਿਹੜਾ 13 ਫਰਵਰੀ ਆ, ਤੁਹਾਨੂੰ ਲੱਗਦਾ ਕਿ ਉਦੋਂ ਆਉਣਾ ਹੈ, ਇੱਕ ਮਹੀਨੇ ਬਾਅਦ ਕਣਕ ਆ ਜਾਣੀ ਹੈ ਜਾਂ ਗਰਮੀਆਂ ਸ਼ੁਰੂ ਹੋ ਜਾਣਗੀਆਂ, ਥੋੜ੍ਹਾ ਲੇਟ ਨਹੀਂ ਤੁਹਾਡੀ ਕੌਲ ਜਿਹੜੀ? ਸਵਾਲ ਇਹ ਹੈ ਕਿ ਤਿਆਰੀ ਕਰਨੀ ਹੁੰਦੀ ਹੈ ਅੰਦੋਲਨ ਦੀ, ਆਹ ਤਿਆਰੀ ਦੇ ਵਿੱਚੋਂ ਜਿਹੜੀਆਂ ਕਿਸਾਨ ਮਹਾਂਪੰਚਾਇਤਾਂ ਹੋ ਰਹੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਸਰਾਭਾ ਦੇ ਵਿੱਚ ਇੱਕ ਵੱਡੀ ਪੰਚਾਇਤ ਹੋਈ ਆਪਣੇ ਵਾਲੀ ਜਥੇਬੰਦੀ ਵੱਲੋਂ, ਇਕੱਲੀ ਵੱਲੋਂ ਕੀਤੀ ਗਈ, ਫਿਰ ਸਾਂਝੀ ਜਿਹੜੀ ਕੀਤੀ ਗਈ ਦੋਨਾਂ ਫੋਰਮਾਂ ਵੱਲੋਂ ਜੰਡਿਆਲਾ ਗੁਰੂ 'ਚ ਹੋਈ। ਹੁਣ ਜਦੋਂ ਜੰਡਿਆਲਾ ਗੁਰੂ ਵਾਲੀ ਨਾਲੋਂ ਅੱਜ ਤੁਸੀਂ ਇੱਥੇ ਦੇਖਿਆ ਨਾ, ਜਿਹੜਾ ਸਾਡਾ ਪੰਡਾਲ ਵੀ ਸੀਗਾ, ਪੰਡਾਲ ਦੀ ਵੀ ਗਿਣਤੀਆਂ ਮਿਣਤੀਆਂ ਵੱਡੀਆਂ ਸੀ, ਲੇਕਿਨ ਫਿਰ ਵੀ ਸਾਡਾ ਪ੍ਰਬੰਧ ਜਿਹੜੇ ਛੋਟੇ ਪੈ ਗਏ, ਲੋਕਾਂ ਦੀ ਗਿਣਤੀ ਉਹਦੇ ਨਾਲੋਂ ਵੀ ਕਿਤੇ ਵੱਧ ਗਈ, ਇਹਦਾ ਮਤਲਬ ਲੋਕ ਜੁੜ ਰਹੇ ਨੇ। ਜਿਵੇਂ ਜਿਵੇਂ ਅਸੀਂ ਇਹਨੂੰ ਮਤਲਬ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਵਾਂਗੇ, ਲੋਕ ਉਵੇਂ ਉਵੇਂ ਇਹਦੇ ਨਾਲ ਜੁੜਨਗੇ, ਔਰ ਉਵੇਂ ਉਵੇਂ ਅੰਦੋਲਨ ਨੂੰ ਤਕੜਾ ਕਰਾਂਗੇ, ਬਹੁਤ ਛੇਤੀ ਅਸੀਂ ਅੰਦੋਲਨ ਨੂੰ ਤਕੜਾ ਕਰ ਲਾਂਗੇ। ਜੇ ਤੁਸੀਂ ਫਰਵਰੀ ਜਾਓਗੇ ਤੇ ਮਈ ਦੇ ਵਿੱਚ ਸ਼ਾਇਦ ਵੋਟਾਂ ਜਿਹੜੀਆਂ ਹੈਗੀਆਂ ਲਗਭਗ ਡੇਟਾਂ ਤਿਆਰ ਨੇ, ਮਤਲਬ ਮਾਰਚ ਅਪ੍ਰੈਲ 1-2 ਮਹੀਨੇ ਰਹਿ ਗਏ, ਤੇ ਤੁਹਾਡਾ ਉਦੋਂ ਜਦੋਂ ਤੁਸੀਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੋਗੇ ਤਾਂ ਸਰਕਾਰ ਹੀ ਕੋਈ ਨਹੀਂ ਹੋਣੀ, ਤੁਹਾਨੂੰ ਕਿਵੇਂ ਲੱਗਦਾ ਸਰਕਾਰ ਕਿਉਂ ਨਹੀਂ ਹੋਏਗੀ? ਅੱਜ ਸਰਕਾਰ ਹੈ ਨਹੀਂ ਜਿੰਨੀ ਦੇਰ ਤੱਕ, ਸੁਣੋ ਨਾ ਮੇਰੀ ਗੱਲ, ਫਰਵਰੀ ਦੇ ਵਿੱਚ ਤਾਂ ਐਡੀ ਛੇਤੀ ਦਾ ਚੋਣ ਜ਼ਾਬਤਾ ਲੱਗਣਾ ਨਹੀਂ, ਚੋਣ ਜ਼ਾਬਤਾ ਜੇ ਲੱਗਣਾ ਹੈ ਤਾਂ ਮਾਰਚ 'ਚ ਜਾ ਕੇ ਲੱਗਣਾ ਹੈ। ਮਾਰਚ ਤੱਕ ਅਸੀਂ ਭਿੜਾਂਗੇ, ਮਾਰਚ ਤੱਕ ਵਿਰੋਧੀ ਧਿਰਾਂ ਨੂੰ ਵੀ ਅਸੀਂ ਦਿਸਾਂਗੇ ਨਾ ਬੈਠੇ, ਸਾਡਾ ਮੁੱਦਾ ਜਿਹੜਾ ਕੌਣ ਚੱਕਦਾ ਹੈ, ਕਿਹਦੇ ਅਸੀਂ ਚੋਣ ਮੈਨੀਫੈਸਟੋ ਦਾ ਹਿੱਸਾ ਬਣਦੇ ਹਾਂ, ਸਮਝ ਲੱਗਦੀ ਹੈ ਗੱਲ ਦੀ? ਲੇਕਿਨ ਉੱਥੇ ਅਸੀਂ ਉਹਨਾਂ ਦਾ ਮੁੱਦਾ ਬਣਾਂਗੇ ਨਾ ਜਦੋਂ, ਉਦੋਂ ਪਿੱਸੂ ਇਹਨਾਂ ਦੇ ਵੀ ਤਾਂ ਪੈਣੇ ਆ ਨਾ ਜਿਹੜੇ ਸੱਤਾਧਾਰੀ ਬੈਠੇ ਨੇ, ਕਿ ਜੇ ਇਹ ਮੁੱਦਾ ਉਹਨਾਂ ਨੇ ਚੱਕ ਲਿਆ ਤਾਂ ਸਾਡੀ ਮੰਜੀ ਠੋਕਣਗੇ। ਸੋ ਇਸ ਕਰਕੇ ਇਹਨਾਂ ਨੂੰ ਉਹਨਾਂ ਹਾਲਾਤਾਂ ਦੇ ਵਿੱਚੋਂ ਆਪਣੇ ਆਪ ਨੂੰ ਸੇਫ ਕੱਢਣ ਦੇ ਲਈ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣ। ਦੂਜੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੋਣਾ ਕਿ ਪਿਛਲੀ ਵਾਰੀ ਜ਼ਿਆਦਾ ਜਥੇਬੰਦੀਆਂ ਸੀ ਲਗਭਗ ਹਰੇਕ ਪਿੰਡ 'ਚੋਂ, ਹੈ ਨਾ, ਅਤੇ ਪਹਿਲਾਂ ਤੁਹਾਡਾ ਆਪਦਾ ਵੀ ਕਾਟੋ ਕਲੇਸ਼ ਚੱਲੀ ਜਾਂਦਾ ਵਿੱਚ, ਜਿਸ ਤਰ੍ਹਾਂ ਤੁਹਾਡਾ ਸਟੇਟਾਂ ਤੋਂ ਵੀ ਤਕਰੀਰਾਂ ਹੁੰਦੀਆਂ ਕਿ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ, ਜਿਹੜੇ ਕੰਨ ਜਿਹਨਾਂ ਨੇ ਚਿੱਠੀਆਂ ਲਿਖੀਆਂ, ਜਿਹਨਾਂ ਨੇ ਆਹ ਕੀਤਾ ਉਹ ਕੀਤਾ। ਹੁਣ ਮੈਨੂੰ ਦੱਸ, ਜਿਹਨਾਂ ਨੇ ਚਿੱਠੀਆਂ ਲਿਖੀਆਂ ਉਹਨਾਂ 'ਤੇ ਵਿਸ਼ਵਾਸ ਤੈਨੂੰ ਆਉਂਦਾ? ਤੂੰ ਦੱਸ ਪਹਿਲਾਂ ਤਾਂ। ਸਾਨੂੰ ਜਵਾਬ ਮੰਗਦੇ ਨੀ, ਤੁਸੀਂ ਮੰਗਦੇ ਹੋ,
ਇੱਥੇ ਲੋਕਾਂ ਨੇ ਸਾਡੇ ਤੇ ਸਵਾਲ ਕਰਨਾ ਹੁੰਦਾ, ਲੋਕ ਇੱਥੇ ਆਉਂਦੇ ਹੀ ਨਾ। ਇੰਨੀ ਠੰਡ 'ਚ 200-200 ਕਿਲੋਮੀਟਰ ਤੋਂ ਲੋਕ ਬੱਸਾਂ ਭਰ ਕੇ ਆਏ ਹੈ, ਇਹਦਾ ਮਤਲਬ ਲੋਕਾਂ ਨੂੰ ਤਾਂ ਕੋਈ ਸਵਾਲ ਨਹੀਂ ਹੈ। ਪਰ ਚਲੋ ਤੁਸੀਂ ਆਪਦਾ ਸਵਾਦ ਲੈਣਾ ਲਈ ਚਲੋ, ਕੋਈ ਟਿੱਕਾ ਨਹੀਂ ਹੈ। ਤੁਹਾਡੀ ਗੱਲ ਦਾ ਜਵਾਬ ਇਹ ਹੈ ਕਿ ਅਸੀਂ ਅੱਜ ਇੱਥੇ ਇੱਕ 6-ਮੈਂਬਰੀ ਕਮੇਟੀ ਬਣਾਈ ਹੈ, ਉਹ ਜਿਹਦੇ ਜਿਹਦੇ ਨਾਲ ਵਾਜਬ ਸਮਝੂਗੀ ਗੱਲਬਾਤ ਕਰਨ ਦੀ ਉਹ ਕਰ ਲੇਗੀ। ਲੇਕਿਨ ਇਹ ਜ਼ਰੂਰ ਹੈ ਕਿ ਜਿਨ੍ਹਾਂ ਲੋਕਾਂ ਨੇ, ਦੇਖੋ ਸਾਡੇ ਮੁੱਦੇ ਕੀ ਨੇ, ਸਾਡਾ ਮੁੱਦਾ MSP ਦੀ ਗਰੰਟੀ ਦਾ ਕਾਨੂੰਨ ਲੈਣਾ, ਇਹ ਮੁੱਦਾ ਹੈ ਨਾ। ਹੁਣ ਉਸ ਵੇਲੇ ਚੋਣਾਂ ਦੇ ਆਪਣਾ ਜਦੋਂ ਅਸੀਂ ਦਿੱਲੀ ਬੈਠੇ ਲੜ ਰਹੇ ਸੀ, ਭਾਰਤ ਨੇ ਆਪਣੇ ਨਾਲ 46 ਮੁਲਕ ਹੋਰ ਜੋੜ ਕੇ ਡਬਲ ਜੁਟੀ ਹੋ ਜਾਣ ਦਾ ਫੈਸਲਾ ਲੈ ਲਿਆ। ਜੇ ਹੁਣ ਉਹ ਫੈਸਲਾ ਲਈ ਬੈਠੇ ਆ, ਸਾਨੂੰ ਉੱਥੋਂ ਮੋਰਚਾ ਨਹੀਂ ਨਾ ਚੱਕਣਾ ਚਾਹੀਦਾ ਸੀ ਯਾਰ? ਮਤਲਬ ਉੱਥੋਂ ਕੁੰਜੀ ਜਿੱਥੇ ਜਿੰਦਰਾ ਲੱਗਿਆ ਪਿਆ, ਉੱਥੇ ਕੁੰਜੀ ਜਾਵੜੀ ਜਿੰਦਰੇ 'ਚ ਖੁੱਲੂਗਾ ਹੁਣ ਜਿੰਦਰਾ, ਉੱਥੋਂ ਜਿੰਦਰਾ ਖੁੱਲ ਗਿਆ ਤਾਂ ਲੋਕਾਂ ਨੂੰ MSP ਦੀ ਗਰੰਟੀ ਦਾ ਕਾਨੂੰਨ ਮਿਲ ਜਾਣਾ ਹੈ। ਹੁਣ ਜਿਹੜੀਆਂ ਧਿਰਾਂ ਉੱਥੋਂ ਭੱਜੀਆਂ, ਖਬਰਾਂ ਭੱਜੀਆਂ ਹੀ ਇਸ ਕਰਕੇ ਹੁਣ ਕਿ MSP ਦੀ ਗਰੰਟੀ ਦਾ ਕਾਨੂੰਨ ਨਹੀਂ ਮਿਲਣਾ ਚਾਹੀਦਾ। ਉਹ ਤਾਂ ਤੁਸੀਂ ਵਿੱਚ ਸੀਗੇ, ਨਹੀਂ ਮੈਂ ਭੱਜਣ ਵਾਲੇ, ਮੇਰੇ ਬਾਰੇ ਤਾਂ ਰਾਜੇਵਾਲ ਦੀਆਂ ਬਹੁਤ ਇੰਟਰਵਿਊ ਆ ਗਈਆਂ ਵੀ ਡੱਲੇਵਾਲ ਇਕੱਲਾ ਨਹੀਂ ਸੀ ਮੰਨਦਾ, ਅਸੀਂ ਤਾਂ ਸਾਰੇ ਸਹਿਮਤ ਸੀ ਭੱਜਣ ਨੂੰ। ਮੈਂ ਤੈਨੂੰ ਸੁਣਾ ਦਿਆਂ ਕੱਢ ਕੇ, ਮਤਲਬ ਕਿ ਹੁਣ ਇੱਕ ਤਰ੍ਹਾਂ ਦੀ ਮੰਨੀ ਜਾਵੇ ਵੀ ਡੱਲੇਵਾਲ ਦੇ ਜਿਹੜਾ ਹੈਗਾ ਰਾਜੇਵਾਲ ਦੀ ਜਿਹੜੀ ਉਹ ਤਾਂ ਮੇਰੀ ਕਸਮ ਕਸ ਸੀ, ਅੱਜ ਜਿਹੜਾ ਹੈਗਾ ਜ਼ਮੀਨ 'ਤੇ ਆ ਗਈ ਹੈ ਲੋਕਾਂ ਦੇ ਸਾਹਮਣੇ ਸਾਰੀ। ਨਹੀਂ ਇਹ ਤਾਂ ਮੈਂ ਤਾਂ ਦੇਖੋ ਗੱਲ ਸੁਣੋ, ਮੇਰੀ ਰਾਜੇਵਾਲ ਨਾਲ ਕੀ ਰੌਲਾ ਯਾਰ? ਨਾ ਤਾਂ ਮੇਰਾ ਰਾਜੇਵਾਲ ਨਾਲ ਕੋਈ ਰੌਲਾ, ਨਾ ਮੇਰਾ ਕਿਸੇ ਹੋਰ ਨਾਲ, ਮੇਰਾ ਰੌਲਾ ਵਿਚਾਰਧਾਰਾ ਦਾ। ਜਿਹੜੇ ਹੁਣ ਦੂਜੀ ਮੰਗ ਆ ਸਾਡੀ ਕਿ ਕਿਸਾਨਾਂ ਦੀ ਕਰਜ਼ ਮੁਕਤੀ ਹੋਣੀ ਚਾਹੀਦੀ ਹੈ। ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਕਿ ਜੇ ਕਰਜ਼ ਮੁਕਤੀ ਦਾ ਮੁੱਦਾ ਤੁਸੀਂ SKM ਦੀਆਂ ਆਉਣ ਵਾਲੀਆਂ ਮੰਗਾਂ ਦੇ ਵਿੱਚ ਲੈ ਕੇ ਆਉਣਾ ਹੈ ਤਾਂ ਅਸੀਂ ਸੋਚਾਂਗੇ ਵੀ SKM ਦੇ ਵਿੱਚ ਰਹਿਣਾ ਕਿ ਨਹੀਂ ਰਹਿਣਾ। ਹੁਣ ਉਹ ਜਥੇਬੰਦੀ ਕਿਵੇਂ ਤੁਰ ਪੂਗੀ ਕਰਜ਼ ਮੁਕਤੀ ਲਈ ਜੀ? ਜੇ ਤੋਰ ਲਾਂਗੇ ਤਾਂ ਕੱਲ੍ਹ ਨੂੰ ਪੇਠੇ ਛੁਰਾ ਮਾਰੂਗੀ ਸਾਡੇ, ਸਾਨੂੰ ਪੇਠ 'ਤੇ ਛੁਰੇ ਨੇ ਤਾਂ ਅੱਗੇ ਮਾਰੇ ਆ, ਦੁਬਾਰਾ ਫਿਰ ਸਾਡੇ ਛੁਰੇ ਮਰਵਾਉਣੇ ਆ। ਹੁਣ ਜੇ ਦੇਖਿਆ ਜਾਵੇ 3 ਹਿੱਸਿਆਂ 'ਚ ਜਿਹੜਾ ਕਿਸਾਨ ਵੰਡੇ ਗਏ ਆ, ਇੱਕ SKM ਗੈਰ ਰਾਜਨੀਤਿਕ, ਇੱਕ SKM ਜਿਹੜਾ ਚੱਲ ਰਿਹਾ ਉਹ ਫਰੰਟ ਹੈ, ਅਤੇ ਤੀਜਾ ਵਿਚਾਰੇ ਇਹੋ ਜਿਹੇ ਮੈਂ ਅੱਜ ਆਗੂ ਦੇਖਿਆ ਜਿਹੜੇ ਦੋਨੇ ਮੀਟਿੰਗਾਂ 'ਚ ਜਾਂਦੇ ਆ, ਉਹ ਉੱਧਰ ਵੀ ਜਦੋਂ ਮਾ ਚੰਡੀਗੜ੍ਹ ਮੋਰਚਾ ਲੱਗਿਆ ਉਦੋਂ ਵੀ ਉੱਥੇ ਮੌਜੂਦ ਸੀ, ਅੱਜ ਵੀ ਮੌਜੂਦ ਹੋ ਜਾਣਗੇ, ਠੀਕ ਹੈ ਨਾ। ਤਾਂ ਫਿਰ ਇਹ ਹੁਣ ਵਿਚਾਰੇ ਉਹਨਾਂ ਦਾ ਸਾਰਿਆਂ ਔਖਾ ਕੰਮ ਆ ਜਿਹੜੇ ਦੋ ਪਾਸੇ ਫਸੇ ਵੇ, ਉਹਨਾਂ ਦਾ ਕੀ ਕਰੋਗੇ? ਦੇਖੋ ਉਹਨਾਂ ਨੂੰ ਸਾਡੀ ਇਹ ਬੇਨਤੀ ਆ, ਮੈਂ ਅੱਗੇ ਵੀ ਕਿਹਾ ਕਰਦਾ ਹੁੰਦਾ ਕਿ ਉਹਨਾਂ ਨੇ ਵੇਖਣਾ ਵਿਚਾਰਿਆਂ ਨੇ ਭੱਜ ਭੁੱਜ ਕੇ ਜੇ ਵੀ ਆਹ ਠੀਕ ਹੈ ਜਾਂ ਉਹ ਠੀਕ ਹੈ, ਜਿੱਦਾਂ ਨੂੰ ਲੋਕਾਂ ਦੀ ਮੂਵਮੈਂਟ ਬਣੀ ਉੱਥੇ ਉਹਨਾਂ ਨੇ ਖੜ ਜਾਣਾ। ਅੰਤ 'ਤੇ ਇੱਕ ਹੀ ਸਵਾਲ ਜੇ ਸਿੱਧਾ ਸਪਸ਼ਟ ਹੋਇਆ ਵੀ ਪੰਜਾਬ ਦੇ ਕਿੰਨੇ ਜਥੇਬੰਦਗਣ ਤੁਹਾਡੇ ਜਿਹੜੇ ਹੈਗਾ ਜਿਨ੍ਹਾਂ ਨੂੰ ਤੁਸੀਂ ਆਪਦੇ ਨਾਲ ਨਹੀਂ ਲਾਉਣਾ ਚਾਹੁੰਦੇ, ਤੁਹਾਡੀ ਇੱਛਾ ਮਤਲਬ? ਅਸੀਂ ਨਹੀਂ ਲਾਉਣ ਵਾਲੀ ਸਾਡੀ, ਫਿਰ ਤੂੰ ਉਹੀ ਸਵਾਲ ਕਰ ਲੈਣਾ, ਨਹੀਂ ਲਾਉਣ ਵਾਲੀ ਸਾਡੀ ਸਿੱਧਾ ਨਾ ਲਾਉਣਾ ਫਿਰ ਸੌਖਾ ਹੋ ਜਾਊਗਾ ਨਾ ਲਿਆਂ 'ਚ ਤੈਨੂੰ ਪਤਾ ਕੀ ਹੈ, ਫਿਰ ਪਤਾ ਹੋ ਜਾਂਦਾ ਨਾ ਕੀ ਹੋਣਾ ਕਿੱਦਾਂ ਹੋਣਾ, ਨਾ ਲੈਣ ਦੀ ਲੋੜ ਨਹੀਂ ਹੈ। ਦੇਖੋ ਸਾਫ਼ ਨੇ ਸਾਡੀਆਂ ਗੱਲਾਂ, ਕੋਈ ਰੌਲਾ ਨਹੀਂ ਹੈ। ਜਿਨ੍ਹਾਂ ਨੇ ਸਰਕਾਰ ਨੂੰ ਚਿੱਠੀਆਂ ਲਿਖੀਆਂ, ਜਿਨ੍ਹਾਂ ਨੇ ਚਿੱਠੀ ਦਾ ਸਮਰਥਨ ਦਿੱਤਾ, ਉਹਨਾਂ ਤੋਂ ਸਾਨੂੰ ਡਰ ਲੱਗਦਾ। ਜਿਹੜੇ MSP ਦੇ ਗਰੰਟੀ ਦਾ ਕਾਨੂੰਨ ਬਣਨ ਮੌਕੇ ਟਰਾਲੀਆਂ 'ਚ ਜਾ ਕੇ ਮੀਟਿੰਗਾਂ ਕਰਵਾ ਕੇ ਲੋਕਾਂ ਨੂੰ ਉਠਾਇਆ ਜਿਨ੍ਹਾਂ ਨੇ, ਉਹਨਾਂ ਤੋਂ ਭਰਾਵਾ ਸਾਨੂੰ ਡਰ ਲੱਗਦਾ, ਹੋਰ ਸਾਡੇ ਕੋਈ ਦੁਸ਼ਮਣ ਨਹੀਂ। ਇਹਦਾ ਪੰਜਾਬ ਹਰਿਆਣੇ ਦੀ ਕਿਸੇ ਜਥੇਬੰਦੀ ਤੋਂ ਯਾਰ, ਹਰਿਆਣੇ ਵਾਲਿਆਂ ਦੀ ਗੱਲ ਹਰਿਆਣੇ ਵਾਲੇ ਜਾਣਨ, ਫਰਵਰੀ ਨੂੰ ਜਿਹੜਾ ਹੈਗਾ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾਣਾ ਇਹ ਲਗਭਗ ਤੈਅ ਆ, ਤੇ ਬਾਕੀ ਜਿਹੜਾ ਹੈਗਾ ਗਰਾਊਂਡ ਪੱਧਰ ਤੇ ਜਿਹੜਾ ਇਹਨਾਂ ਨੇ ਗਰਾਊਂਡ ਤਿਆਰ ਕਰਨਾ ਹਜੇ ਲਗਭਗ, ਇਹ ਤੋਂ ਬਾਅਦ ਹਰਿਆਣੇ ਦੇ ਵਿੱਚ ਵੀ ਪੰਚਾਇਤਾਂ ਹੋਣਗੀਆਂ ਅਤੇ ਪੰਜਾਬ ਦੇ ਵਿੱਚੋਂ ਲਗਭਗ 2 ਜਿਹੜੀਆਂ ਸਾਂਝੀਆਂ ਪੰਚਾਇਤਾਂ ਹੋਣਗੀਆਂ, ਉਸ ਤੋਂ ਬਾਅਦ ਆਉਣ ਵਾਲਾ ਸਮਾਂ
ਜਿਹੜਾ ਹੈਗਾ ਇਹ ਦੱਸੂਗਾ ਕਿ ਇਹ ਜਿਹੜਾ ਕਿਸਾਨ ਮੋਰਚਾ ਕਿੰਨਾ ਸਫਲ ਹੁੰਦਾ ਕਿੰਨਾ ਨਹੀਂ, ਇਹਦਾ ਹੁਣ ਸਮਾਂ ਦੱਸੂਗਾ। ਬਾਕੀ ਤੁਸੀਂ ਇਹਦੇ ਬਾਰੇ ਕੀ ਸੋਚਦੇ, ਤੁਸੀਂ ਆਪਣਾ ਕਮੈਂਟ ਛੱਡ ਸਕਦੇ ਹੋ।